ਮੋਲਾ ਜੱਟ ਔਰ ਲੈਜੈਂਡ ਆ ਮੋਲਾ ਜੱਟ ਦਾ ਜਿਹੜਾ ਤੁਸੀਂ ਕੁਐਸਚਨ ਕੀਤਾ ਨ ਸਰ ਜੀ ਜੀ ਇਹਦਾ ਜਵਾਬ ਇਹ ਵੇ ਕਿ ਮੋਲਾ ਜੱਟ ਜਿਹੜੀ ਹੈ ਉਹਦਾ ਸ਼ੁਰੂ ਹੋਣਾ ਇੱਕ ਹਾਦਸਾ ਸੀ ਲੈਜੈਂਡ ਆ ਮੋਲਾ ਜੱਟ ਜਿਹੜੀ ਇਹ ਬੱਕਾ ਦਾ ਮਨਸੂਬੇ ਬੰਦੇ ਨਾਲ ਸ਼ੁਰੂ ਹੋਇਆ ਮੇਰੇ ਕੋ ਬਿਲਾਲ ਅਸ਼ਾਰੀ ਸਾਹਿਬ ਆਇਆ ਔਰ ਉਹਨਾਂ ਨੇ ਕਿਹਾ ਕਿ ਯਾਰ ਮੈਂ ਮੋਲਾ ਜੱਟ ਕੋ ਬਣਾਉਣਾ ਚਾਹਤਾ ਮੈਂ ਕਿਹਾ ਮੋਲਾ ਜੱਟ ਕੋ ਐਕਟਰਸ ਬਣਾਉਣਾ ਚਾਹਤੇ ਕਹਤਾ ਨਹੀਂ ਮੋਲਾ ਜੱਟ ਕੋ ਬਣਾਉਣਾ ਚਾਹਤਾ ਹੂੰ ਕਰਦਾਰ ਬੋਰ ਲੈ ਕੇ ਕਹਾਣੀ ਨਹੀਂ ਹੋਗੀ ਮੈਂ ਕਿਹਾ ਠੀਕ ਦੋ ਸਰ ਅਸੀਂ ਬੈਠ ਕੇ ਮੇਰੇ ਕੋਲ ਕਿੰਨੇ ਪੈਸੇ ਲੈਂਗੇ ਮੈਂ ਕਿ ਜੀ ਮੈਂ ਵੱਧ ਤੋਂ ਵੱਧ 96 ਜਿਹੜੇ ਪੈਸੇ ਲੈਂਦੇ ਸਨ ਉਹ ਲੇਤਾ ਸੀ 1,80,000 ਰੁਪਏ ਲਾਹਜ਼ਮੈਂ ਬਹੁਤ ਕੁਛ ਸਕੇ ਸਚ ਮਿਲਾਲੇ ਸ਼ਾਰੀ ਕੋਡ ਨਵੇਂ ਟ੍ਰੇਡ ਚਾਕੇ ਲਿਖਨ ਜਿਹੜਾ ਮੇਜਰ ਡਿਫਰੈਂਸ ਹੈ ਉਸ ਪੁਰਾਣੇ ਦੌਰ ਦੇ ਉਹ ਜਾਲ ਅਰ ਉਸ ਦੌਰ ਦੇ ਵਿੱਚ ਉਹ ਇਹ ਵੇ ਸਰ ਕੇ ਇੱਥੇ ਨਵੇਂ ਇੰਡਸਟਰੀ ਨੇ ਔਰ ਨਵੇਂ ਮੁੰਡਿਆਂ ਨੇ ਨਵੇਂ ਪੈਟਰੋਸਰਾਂ ਨੇ ਹਰ ਆਦਮੀ ਨੂੰ ਉਹਦੀ ਹਸਿਆਤ ਔਰ ਦੇ ਔਕਾਤ ਦੇ ਮੁਤਾਬਕ ਪੈਸੇ ਦਿੱਤੇ ਜਿਸ ਨੇ ਲੈਜੈਂਡ ਆ ਮੋਹਲਾ ਜੀ ਲਿਖ ਰਹੇ ਸਨ ਉਸ ਵੇਲੇ ਤੇ ਇੰਨਾ ਜ਼ਰੂਰ ਸੀ ਜਿਸ ਵळे ਸਿਕ ਮੁਕੰਮਲ ਹੋਈਏ ਫਿਲਮ ਤੇ ਮੈਂ ਬਿਲਾਲ ਕੋਲ ਇੱਕ ਪੁੱਛਿਆ ਮੈਂ ਕਿ ਬਿਲਾਲ ਸਾਹਿਬ ਤੁਸੀਂ ਮੇਰੇ ਡਾਇਰੈਕਟਰ ਨੂੰ ਮੈਂ ਦੱਸੋ ਮੈਂ ਤੁਹਾਡਾ ਸਕ੍ਰਿਪਟ ਲਿਖਿਆ ਤੁਸੀਂ ਮੇਰੇ ਡਾਇਲਾਗਸ ਤੋਂਰ ਸਕ੍ਰਿਪਟ ਤੋਂ ਮੁਤਮਨ ਉਹਨਾਂ ਕਾ ਬਿਲਕੁਲ ਮੁਤਮਨ 100% ਮੈਂ ਕਿਹਾ ਠੀਕ ਲੇਕਿਨ ਮੈਂ ਸੋਚਦਾ ਸਰ ਕਿ ਜਿਸ ਵळे ਫਿਲਮ ਲੱਗੀ ਕਿ ਪਤਰੀ ਲੁਕੀ ਕੀ ਕਹਿਣ ਕੀ ਨਹੀਂ ਕਹਿਣ ਲੇਕਿਨ ਜਿਸ ਵळे ਟ੍ਰੇਲਰ ਚੱਲਿਆ ਸਰ ਹਮ ਹਮ ਤੇ ਫਿਰ ਉਹ ਲੋਕ ਜਿਹੜੇ ਮੈਨੂੰ ਮਨਨ ਕਰਦੇ ਸਨ ਉਹਨਾਂ ਦੀ ਜ਼ੁਬਾਨ ਨਹੀਂ ਬਦਲ ਗਈ ਜੇ ਸੇ ਫਿਲਮ ਚੱਲੀ ਤੇ ਤਾਰੀਖ ਹੀ ਬਦਲ ਗਈ ਤੇ ਹੁਣ ਸਰ ਉਹ ਜਿਹੜੇ ਪ੍ਰੋਡੂਸਰ ਨੇ ਨਾ ਉਹਨਾਂ ਦੀ ਕੋਈ ਜਗ੍ਹਾ ਨਹੀਂ ਰਹੀ ਇਸ ਅੰਦਾਜ਼ ਜਿਹੜਾ ਮੌਲਾ ਜੱਟ ਨੇ ਮੈਂ ਆਪਣੇ ਜਦੋਂ ਯੂਨਿਟ ਇੰਟਰਵਿਊ ਦੇਣ ਗਿਆ ਤਾਂ ਉੱਥੇ ਮੈਂ ਗੱਲ ਕੀਤੀ ਸੀ ਕਿ ਪਹਿਲੇ ਸਨਮਾ ਵਾਲੇ ਕਹਿੰਦੇ ਸਨ ਕਿ ਯਾਰ ਕੋਈ ਫਿਲਮ ਤੋਂ ਹੋ ਅਸੀਂ ਸੋਚੇ ਕਿ ਇਸ ਕੋ ਲਗਾਏ ਮੈਂ ਕਿਹਾ ਇਸ ਫਿਲਮ ਤੋਂ ਬਾਅਦ ਸਨਮਾ ਸੋਚੇਗਾ ਕਿ ਹੁਣ ਅਸੀਂ ਕੀ ਕਰੀਏ ਹੁਣ ਅਸੀਂ ਔਰ ਉਹ ਵਕਤ ਆ ਗਿਆ ਸਰ ਹੁਣ 50 ਲੱਖ ਵਾਲੇ 70 ਲੱਖ ਵਾਲੇ ਜਿਹੜੇ ਫਿਲਮ ਬਣਾਉਣ ਵਾਲੇ ਪ੍ਰੋਡੂਸਰ ਸਰ ਖਾਮੋਸ਼ ਨੇ ਦੰਬ ਖੁੱਦ ਨੇ ਕਿ ਅਸੀਂ ਕੀ ਕਰਾਂਗੇ ਕਿਸ ਤਰ੍ਹਾਂ ਚਲਾਵਾਂਗੇ ਹੁਣ ਸਰ ਉਹੀ ਪ੍ਰੋਡੂਸਰ ਫਿਲਮ ਬਣਾਏਗਾ ਜਿਹੜਾ ਘਰੋਂ ਪੈਸੇ ਲੈ ਕੇ ਆਇਆਗਾ ਜਿੰਨੂੰ ਫਿਲਮ ਬਣਾਉਣ ਦਾ ਸ਼ੌਕ ਹੋਏਗਾ ਇਹ ਕਮਿਟਮੈਂਟ ਹੋਏਗਾ ਉਹਨੂੰ ਪੈਸ਼ਨ ਹੋਏਗਾ ਉਹ ਦਿਹਾੜੀ ਵਾਲੇ ਜਿਹੜਾ ਕੰਮ ਹੈ ਖਤਮ ਹੋ ਖਤਮ ਮੋਲਾਜਟ ਦੀ ਅਗਰ ਉਹ ਜਿਹੜੀ ਮੋਲਾਜਟ ਤੁਸੀਂ ਪਹਿਲੇ ਲਿਖੀ ਔਰ ਸੁਪਰ ਹਿੱਟ ਹੋਈ ਉਹ ਮੋਲਾਜਟ ਔਰ ਐਸ ਮੋਲਾਜਟ ਇਹਨੂੰ ਜ਼ਰਾ ਥੋੜਾ ਜਿਹਾ ਜ਼ਰਾ ਕਿ ਉਹ ਮੋਲਾਜਟ ਕਿਵੇਂ ਮਿਲੀ ਉਹ ਫਿਲਮ ਦਬਾਰੇ ਕੀ ਲੋਕਾਂ ਦਾ ਖਿਆਲ ਸੀ ਫਿਰ ਉਹ ਸੁਪਰ ਹਿੱਟ ਹੋਈ ਉਸ ਤੋਂ ਬਾਅਦ ਫਿਰ ਅਸੀਂ ਐਸ ਮੋਲਾ ਜੱਟ ਤੇ ਆਂਨੇ ਮੋਲਾ ਜੱਟ ਔਰ ਲੈਜੈਂਡ ਆ ਮੋਲਾ ਜੱਟ ਦਾ ਜਿਹੜਾ ਤੁਸੀਂ ਕੁਐਸਚਨ ਕੀਤਾ ਨਾ ਸਰ ਜੀ ਜੀ ਇਹਦਾ ਜਵਾਬ ਇਹ ਵੇ ਕਿ ਮੋਲਾ ਜੱਟ ਜਿਹੜੀ ਹੈ ਉਹਦਾ ਸ਼ੁਰੂ ਨਹੀਂ ਇੱਕ ਹਾਦਸਾ ਸੀ ਹੂੰ ਹੂੰ ਲੈਜੈਂਡ ਆ ਮੋਲਾ ਜੱਟ ਜਿਹੜੀ ਇਹ ਬਕਾਇਦਾ ਮਨਸੂਬਾ ਬੰਦੀ ਨਾਲ ਸ਼ੁਰੂ ਹੋਈ ਉਹ ਹਾਦਸਾ ਇਸ ਤਰ੍ਹਾਂ ਸੀ ਕਿ ਮੋਲਾ ਜੱਟ ਜਿਹੜੀ ਪਹਿਲੀ ਮੋਲਾ ਜੱਟ ਜਿਹੜੀ ਪਹਿਲੀ ਕਿ ਵੈਸ਼ੀ ਜੱਟ ਮੇਰੇ ਸੁਪਰੇਟ ਹੋਈ ਤੂਫਾਨ ਸੁਪਰੇਟ ਹੋਈ ਆਖਰੀ ਮੈਦਾਨ ਸੁਪਰੇਟ ਹੋਈ ਜੱਗਾ ਗੁਜਰ ਸੁਪਰੇਟ ਹੋਈ ਲੋਹਰੀ ਬਾਦਸ਼ਾਹ ਸੁਪਰੇਟ ਹੋਈ ਰਾਜੂ ਰਾਕਰ ਸੁਪਰੇਟ ਹੋਈ ਮੇਰੇ ਕੋ ਸਰਵੇ ਬੱਟੀ ਸਾਹਿਬ ਆਏ ਰਾਤ ਦਾ ਟਾਈਮ ਸੀ ਐਵਨ ਰਿਤ ਸ਼ਰੀਫ ਲੈ ਮੈਂ ਉਸ ਸਾਹਮਣੇ ਨਾ ਜਿਹੜਾ ਹੁਣ ਰਾਈਟਰ ਐਸੋਸੀਏਸ਼ਨ ਦਾ ਕਮਰਾ ਨੇ ਇਹਦੇ ਚ ਬੈਠਾ ਸੀ ਜੀ ਕਹਿੰਦੇ ਨੇ ਮੈਂ ਫਿਲਮ ਬਣਾਣੀ ਤੇ ਤੁਹਾਡੇ ਕੋਲ ਕਹਾਣੀ ਲਿਖਾਣੀ ਆਈਡੀਆ ਮੇਰੇ ਕੋਲ ਹੈ ਵੇ ਇੱਕ ਫਾਈਲ ਫੜੀ ਸੀ ਮੈਂ ਕਿਹਾ ਜੀ ਠੀਕ ਹੈ ਲਿਖ ਦੇਾਂਗੇ ਕਿੰਨੇ ਪੈਸੇ ਲਵਾਂਗਾ ਮੈਂ ਕਿਹਾ 30000 ਰੁਪਏ ਲੈਣਾ ਮੈਂ ਤੁਹਾਡ ਕੋ 30000 ਰੁਪਏ ਲਵਾਂਗਾ ਕਹਿੰਦਾ ਨਹੀਂ 30000 ਰੁਪਏ ਮੈਂ ਤੇ ਨਹੀਂ ਦੇ ਸਕਦਾ ਮੈਂਗਾ ਤੁਸੀਂ ਨਹੀਂ ਦੇ ਸਕਦੇ ਤੇ ਮੈਂ ਫਿਲਮ ਨਹੀਂ ਲਿਖ ਸਕਦਾ ਕਹਿੰਦੇ ਠੀਕ ਹੈ ਵਾਪਸ ਚਲੇ ਗਏ ਦੂਸਰੇ ਦਿਨ ਆਤੇ ਨਾ ਮਲਕ ਇਕਬਾਲ ਸਾਹਿਬ ਸਨ ਉਹ ਮੇਰਾ ਬ੍ਰਦਰ ਇਨ ਲਾਸੀ ਤੇ ਮੈਨੂੰ ਕਹਿੰਦਾ ਯਾਰ ਮੈਂ ਹੁਣ ਮੈਂ ਆ ਗਿਆ ਤੇ ਤੂੰ ਸਰਵ ਭੱਟੀ ਸਾਹਿਬ ਆਪਣੇ ਭਾਈ ਨੇ ਤੂੰ ਇਹਨੇ ਕੋਲ 30000 ਰੁਪਏ ਮੰਗਿਆ ਹੁਣ ਮੈਨ ਕੀ ਛੱਡਦਾ ਮੇਰੀ ਕੀ ਇੱਜ਼ਤ ਕਰੇਗਾ ਮੈਂ ਕਿਹਾ ਮੈਂ ਤੁਹਾਡੀ ਇਹ ਇੱਜ਼ਤ ਕਰ ਸਕਦਾ ਕਿ ਅੱਗੇ ਮੈਂ ਉਹ ਲੈਣੇ ਸਨ ਜੋ ਮੈਂ ਕਿਹਾ ਸੀ ਹੁਣ ਮੈਂ ਉਹ ਲੈ ਲਵਾਂਗਾ ਜੋ ਇਹ ਕਹਿੰਦੇ ਉਹਨਾਂ ਨੇ ਮੈਨੂੰ ਉਹ 10000 ਰੁਪਏ ਇੱਕ 1000 ਰੁਪਏ ਦੇ ਤੱਕ ਕਹਿੰਦੇ ਜੀ ਬੜੀ ਅੱਛੀ ਗੱਲ ਕੀਤੀ ਤੁਸੀਂ ਇਹ ਤੁਹਾਡਾ ਐਡਵਾਂਸ ਹੈ ਤੁਹਾਡੀ ਬਕਾਇਆ ਪੇਮੈਂਟ ਜੋ ਮੈਂ ਦੇਣੀ ਉਹਦਾ ਮੈਂ ਅੱਜ ਰਾਤੀ ਚੈੱਕ ਲਿਖ ਕੇ ਰੱਖ ਦੇਵਾਂਗਾ ਜਿਸ ਤੇ ਮੇਰੇ ਸਕ੍ਰਿਪਟ ਦੇਗੇ ਮੈਂ ਤੁਹਾਨੂੰ ਚੈੱਕ ਦੇ ਦੇਗਾ ਮੈਂ ਕਹਿੰਦੀ ਠੀਕ ਮੈਂ ਸਾਰਾ ਸਕ੍ਰਿਪਟ ਮੁਕੰਮਲ ਕਰਕੇ ਉਹਨਾਂ ਨੂੰ ਦੇਤਾ ਇਸ ਦੌਰਾਨ ਮੇਰੀ ਗੱਡੀ ਖਰਾਬ ਹੋਈ ਸੀ ਉਹਨਾਂ ਦਾ ਦੋਸਤ ਸੀ ਚਬਰਜੀ ਉਹਨਾਂ ਨੇ ਮੈਨੂੰ ਗੱਡੀ ਉੱਥੇ ਪਿਜਵਾਈ ਉੱਥੇ ਪੌਣੇ 6000 ਰੁਪਏ ਦਾ ਬਿੱਲ ਬਣਿਆ ਜਿਹੜਾ ਉਹਨਾਂ ਨੇ ਪੇ ਕੀਤਾ ਮੈਂ ਸਕ੍ਰਿਪਟ ਜਿਹਾ ਦਿੱਤਾ ਤਾਂ ਮੈਂ ਕਹਿੰ ਗਿਆ ਹੁਣ ਮੇਰੀ ਬਕਾਇਆ ਪੇਮੈਂਟ ਦੇ ਦੇ ਕਹਿੰਦੀ ਕਿਹੜੀ ਬਕਾਇਆ ਪੇਮੈਂਟ ਮੈਂ ਕਹਿੰਦੀ ਤੂੰ ਸੀ ਗਿਆ ਸੀ ਮੈਂ ਚੈੱਕ ਲੈ ਕੇ ਰੱਖ ਦਿੱਤਾ ਤਾਂ ਇਹ ਉਹ ਤੇ ਮੇਰੇ ਕੋਲ ਤਾਂ ਪੌਣੇ 7000 ਰੁਪਏ ਆ ਕਹਿਣ ਲੱਗੇ ਮੈਂ ਇਹ ਹੀ ਦੇਣਾ ਕਿਉਂਕਿ ਆਡੀਆਂ ਮੈਂ ਤੁਹਾਨੂੰ ਸੁਣਾਇਆ ਸੀ ਅੱਛਾ ਮਚੂਪ ਕਰਕੇ ਮੈਂ ਉਹਨਾਂ ਨਾਲ ਬੈਠ ਨਹੀਂ ਕੀਤੀ ਕਿਉਂਕਿ ਮੈਂ ਬੈਠ ਨਹੀਂ ਕਰਦਾ ਗੱਲ ਵੀ ਜਿਹੜਾ ਉਹਨਾਂ ਨੂੰ ਆਈਡੀਆ ਸੁਣਾਇਆ ਸੀ ਉਸ ਦੇ ਵਿੱਚ ਨੂਰੀ ਨੱਥ ਵੀ ਸੀ ਹਮ ਮੱਖਾ ਨੱਥ ਵੀ ਸੀ ਦਾਰੂ ਨੱਥ ਨੇ ਵੀ ਸੀ ਅਕੂ ਕਾਤਰ ਵੀ ਸੀ ਆਲੀਏ ਮੇਗਨ ਸੀ ਲੇਕਿਨ ਉਸ ਫਿਲਮ ਦਾ ਨਾਮ ਸੀ ਬੱਗਾ ਭੱਟੀ ਅੱਛਾ ਅਰ ਦੂਸਰਾ ਉਸ ਫਿਲਮ ਦਾ ਨਾਮ ਉਹਨਾਂ ਨੇ ਰੱਖਿਆ ਸੀ ਹੱਥ ਜੋੜੀ ਮੈਂ ਸਿਰ ਜਿਸਲੇ ਉਹਨਾਂ ਦੀ ਨਿਕਲਵਣ ਵੇਖੀ ਤੇ ਮੈਂ ਮਹਿਸੂਸ ਕੀਤਾ ਯਾਰ ਇਹ ਬਹੁਤ ਅੱਛੀ ਫਿਲਮ ਬਣ ਸਕਦੀ ਮੈਂ ਸਰ ਉਹਦਾ ਨਾਮ ਮੌਲਾ ਜੱਟ ਰੱਖਿਆ ਹਮਮ ਅਤੇ ਮੈਂ ਉਹਦਾ ਤਲਕ ਬਣਾਤਾ ਵੈਸੀ ਜੱਟ ਦੇ ਨਾਲ ਮੈਂ ਉਹਦੇ ਵਿੱਚ ਦਾਨਵੀ ਵਾਲ ਲਈ ਮੈਂ ਉਹਦੇ ਵਿੱਚ ਬਾਲਾ ਗਾੜੀ ਵੀ ਵਾਰ ਲੇਤਾ ਮੈਂ ਉਹਦੇ ਵਿੱਚ ਮਲਕਾਕੂ ਵੀ ਵਾਰ ਲੇਤਾ ਮੈਂ ਉਹਦੇ ਵਿੱਚ ਉਹ ਜਿਹੜਾ ਇੰਸਪੈਕਟਰ ਸੀ ਉਹਦੇ ਵਿੱਚ ਇੰਸਪੈਕਟਰ ਸੀ ਦੀ ਚੌੜੀ ਐਸਪੀ ਬਣ ਕੇ ਉਹ ਵੀ ਵਾਰ ਦਿੱਤੋ ਵੀ ਤੁਸੀਂ ਵੇਖਿਆ ਹੁਣ ਸ਼ਕੀਲ ਸਾਹਿਬ ਜੀ ਆ ਨਵਾਬ ਮੇ ਕਮਨਸੀ ਜੀ ਉਹ ਸਰ ਇਸ ਤਰ੍ਹਾਂ ਕਰਕੇ ਉਹ ਫਿਲਮ ਹੈ ਮੋਲਾ ਜੱਟ ਬਣਾਈ ਅਗਰ ਉਸ ਫਿਲਮ ਦਾ ਨਾਮ ਬਗਾ ਵੱਠੀ ਹੁੰਦਾ ਤੇ ਅੱਜ ਉਸ ਫਿਲਮ ਨੂੰ ਗਮ ਹੋਇਆ ਵੀ ਕੋਈ 40 ਸਾਲ ਦਾ ਸੋਕ ਹੋ ਗਿਆ ਹੁੰਦਾ ਲੇਕਿਨ ਉਹ ਉਹਦਾ ਨਸੀਬ ਸੀ ਮੈਂ ਅੱਲਾ ਨੇ ਸੋਚ ਦਿੱਤੀ ਮੈਂ ਲਿਖ ਦਿੱਤੀ ਉਹਨਾਂ ਨੇ ਮੈਨੂੰ ਪੌਣੇ 7000 ਦਿੱਤੇ ਮੈਂ ਕਿਹਾ ਜੀ ਠੀਕ ਹੈ ਮੈਂ ਚੁੱਪ ਕਰ ਗਿਆ ਔਰ ਉਸ ਤੋਂ ਬਾਅਦ ਅੱਲਾ ਤਾਲਾ ਨੇ ਉਹਨਾਂ ਨੂੰ ਕਰੋੜਾਂ ਰੁਪਏ ਦਿੱਤੇ ਮੈਂ ਆਇਤਾ ਕੋਲ ਨੇ ਮਠਾਈ ਦਾ ਡੱਬਾ ਨਹੀਂ ਭੇਜਿਆ ਉਹ ਔਰ ਮੈਂ ਇਸ ਵਾਸਤੇ ਇਸ ਗੱਲ ਦਾ ਕਦੀ ਗिला ਨਹੀਂ ਕੀਤਾ ਕਿ ਮੈਂ ਸਮਝਦਾ ਕਿ ਮੈਂ ਕਿਸੇ ਵੀ ਇਨਸਾਨ ਤੋਂ ਤਵੱਕੁਰ ਰੱਖਾਂ ਤਾਂ ਮੈਂ ਗੁਨਾਹਗਾਰ ਹਿਸ ਰੱਬ ਨੇ ਮੈਨੂੰ ਨਾਸਰਦੀਬ ਬਣਾਇਆ ਜਿਸ ਰੱਬ ਨੇ ਮੈਨੂੰ ਮੌਲਾ ਜੱਟ ਦਾ ਰਾਈਟਰ ਬਣਾਇਆ ਮੈਂ ਅਸੀ ਜੱਟ ਦਾ ਰਾਈਟਰ ਬਣਾਇਆ ਫਿਰ ਲੈਜੈਂਡਰ ਮੌਲਾ ਜੱਟ ਦਾ ਰਾਈਟਰ ਬਣਾਇਆ उस मैं उस अलावा तो क्यों किसी को मंगा अल्लाह ताला ने मैंने सज कभी मैं बहुत पैसे दिते। तो वो सर लेजा मौलाज जी बकायदा मनसूबेबंदी शुरू हुई मेरे को बिल्शा साहब आया और उन्होंने कहा कि यार मैंने फिर मौला झट को बनाना चाहता हूँ मैं क्या मौला जाट को एसिट से बनाना चाहते है, कहता है नहीं मौला झट को बनाना चाहता हूँ करदार बोर लेकर कहानी नहीं होगी मैं कह ठीक है तो सर असं बैठ के मेरे कहता कितने पैसे लेंगे ਮੈਂ ਕਿ ਜੀ ਮੈਂ ਵੱਧ ਤੋਂ ਵੱਧ 96 ਜਿਹੜੇ ਪੈਸੇ ਲੈਂਦੇ ਸਨ ਉਹ ਲੇਤਾ ਸੀ 1,80,000 ਰੁਪਏ। ਹੂੰ ਉਸ ਤੋਂ ਬਾਅਦ ਨਾ ਮੇਰੇ ਕੋਲ ਕੰਪਲੀਟ ਕਿਸੇ ਕਹਾਣੀ ਲਿਖਾਈ ਹੈ ਕਿਸ ਨੇ ਡਾਇਲੌਗ ਲਿਖਾਇਆ ਲੈਨੇ ਕਿਸ ਨੇ 70 ਦੇ ਦਿੱਤਾ ਕਿਸ ਨੇ ਲੱਕ ਦਿੱਤਾ ਵਿੱਚ ਐਸੇ ਵੀ ਸੰਜ ਨੇ 50 ਦਿੱਤਾ ਮੈਨੂੰ ਤਾਂ ਮੈਂ ਲੈਂਦਾ ਨੇ ਤੇ ਹੁਣ ਉਸ ਤੋਂ ਬਾਅਦ ਮੈਂ ਤੇ ਨਹੀਂ ਪਤਾ ਜੋ ਮੇਰੇ ਜੋ ਤੁਹਾਡੇ ਦਿਲ ਕਰ ਦੇ ਤਾ। ਕਿ ਠੀਕ ਹੈ। ਸਰ ਉਹਨਾਂ ਨੇ ਮੈਨੂੰ 5 ਲੱਖ ਰੁਪਏ ਐਡਵਾਂਸ ਦਿੱਤੇ। ਉਹਨੇ ਕਿਹਾ 5 ਲੱਖ ਉਦੋਂ ਮਿਲੇਗਾ ਜਦੋਂ ਸਕਰੀਨ ਪੇਂਟ ਕਰੋਗੇ 5 ਲੱਖ ਉਦੋਂ ਮਿਲੇਗਾ ਜਦੋਂ ਡਾਇਲੌਗ ਐਂਡ ਕਰੋਗੇ 15 ਲੱਖ ਰੁਪਏ ਸੀ ਤੁਹਾਨੂੰ ਦੇਗੇ ਮੈਂ ਕਿਹਾ ਜੀ ਠੀਕ ਨਾ ਕਾਬਲੇ ਯਕੀਨ ਰਕਮ ਸੀ ਮੇਰੇ ਲਈ ਲੇਕਿਨ ਸਰ ਫਿਰ ਲੈਜੈਂਡ ਐਂਡ ਮੌਲਾ ਜਿਹੜਾ ਦੇਖੀ ਔਰ ਜਿਸ ਵੇਲੇ ਮੈਂ ਸਾਈਨ ਕੀਤੀ ਬੜੀ ਦੁਨੀਆ ਨੇ ਮੈਨੂੰ ਮੁਖਾਲਫਤ ਕੀਤੀ ਕਿ ਨਾ ਕਰੋ ਆਪਣੀ ਇੱਜ਼ਤ ਗਵਾ ਬੈਠੋਗੇ ਜੇ ਕਰੋਗੇ ਉਹ ਕਰੋਗੇ ਇੱਕ ਸਟੇਜ ਉੱਤੇ ਆ ਕੇ ਮੈਂ ਮਾਇੂਸ ਵੀ ਹੋਇਆ ਖੁਦ ਵੀ ਕਿ ਯਾਰ ਗੱਲ ਤੇ ਠੀਕ ਕਹਿੰਦੇ ਨੇ ਲਿਖਨੇ ਕਰਾਤੀ ਸੁਤੇ ਸੋ ਮੈਂ ਐਵੇਂ ਮੇਰਾ ਜ਼ਮੀਰ ਜੀ ਵੀ ਨਹੀਂ ਮਨਦੇ ਸਾਹਮਣੇ ਆਉਂਦੇ ਉਹਨਾਂ ਜ਼ਮੀਰ ਨੇ ਮੇਰੇ ਤੋਂ ਸਵਾਲ ਕੀਤਾ ਨਾਸਰ ਹਦੀਬ ਸਾਹਿਬ ਬੜੇ ਵੱਡੇ ਰਾਈਟਰ ਹੋ ਤੁਸੀਂ ਸਿਰਫ ਇਹ ਦੱਸ ਦਿਓ ਕਿ ਆਪਣੇ ਕੋਲੋਂ ਕੀ ਲਿਖਿਆ ਜੀ ਵਾਹ ਤੇ ਜਵਾਬ ਸਵਾਲ ਉਹਦਾ ਐਸਾ ਸੀ ਮੇਰੇ ਕੋਲ ਜਵਾਬ ਕੋਈ ਨਹੀਂ ਸੀ ਕਿੰਦਾ ਜੋ ਕੁਝ ਤਰਨ ਅੱਲਾਹ ਨੇ ਦਿੱਤਾ ਤੂੰ ਲਿਖ ਦਿੱਤਾ ਨਾ ਹੂੰ ਤੂੰ ਮੰਗਣਾ ਭੁੱਲ ਗਿਆ ਈਓ ਦੇਣਾ ਭੁੱਲ ਗਿਆ ਆਹਾ ਮਤ ਕਰ ਲਓ ਜੀ ਫਿਰ ਲੈ ਜਟਾ ਮੋਲਾ ਜਟਾ ਅਛਰ ਕਿਦਰੇ ਕਿਸੇ ਖਾਨੇ ਚ ਹੈ ਸੀ ਕਿ ਇਸ ਤਰ੍ਹਾਂ ਇਹਨੂੰ ਫਜ਼ੀਲਾ ਹੀ ਮਿਲੇਗੀ ਔਰ ਇਸ ਤਰ੍ਹਾਂ ਸੁਪਰ ਹਿੱਟ ਹੋਏਗੀ ਫਿਲਮ ਇਹ ਨਾ ਮੈਨੂੰ ਜਦੋਂ ਮੈਂ ਵੈਸੀ ਜੜ ਲਿਖੀ ਉਸ ਵੇਲੇ ਯਕੀਨ ਸੀ ਇੰਨਾ ਪਤਾ ਸੀ ਮੇਰੀ ਫਿਲਮ ਸੁਪਰ ਹਿੱਟ ਹੈ ਲੇਕਿਨ ਉਹ ਟ੍ਰੈਂਡ ਬਦਲ ਦੇਗੀ ਔਰ ਨਸੀ ਨੂੰ ਉਲਟਾ ਕੇ ਰੱਖ ਦੇਗੀ ਮੈਨੂੰ ਇੱਕਦਮ ਪਹਿਲੀ ਫਿਲਮ ਤੋਂ ਉੱਤੇ ਲਿਆ ਜਾਏਗੀ ਇਹ ਨਹੀਂ ਕਦੇ ਸੋਚਿਆ ਮੈਂ ਵਾਹਿਦ ਰਾਈਟਰ ਜਿਨੇ ਆਪਣੀ ਪਹਿਲੀ ਫਿਲਮ ਤੇ ਅਵਾਰਡ ਲਿੱਤਾ ਨਿਗਾਰ ਅਵਾਰਡ ਦੂਸਰੀ ਤੂਫਾਨ ਤੇ ਨਿਗਾਰ ਵਾਰ ਲੇਤਾ ਫਿਰ ਆਖਰੀ ਮੈਦਾਨ ਤੇ ਨਿਗਾਰ ਵਾਰ ਲੇਤਾ ਕੰਟੀਨਿਊ ਤੇ ਨਿਗਾਰ ਵਾਰ ਲੇਤੇ ਜੀ ਤੇ ਜਿਸ ਨੇ ਲੈਜੈਂਡ ਮੌਲਾ ਜੀ ਲਿਖ ਰੇਸਨ ਉਸ ਵੇਲੇ ਤੇ ਇੰਨਾ ਜ਼ਰੂਰ ਸੀ ਜਿਸ ਵੇਲੇ ਮੁਕਮਲ ਹੋਈ ਹੈ ਫਿਲਮ ਤੇ ਮੈਂ ਬਿਲਾਲ ਕੋਲ ਇੱਕ ਪੁੱਛਿਆ ਮੈਂ ਕਿ ਬਿਲਾਲ ਸਾਹਿਬ ਤੁਸੀਂ ਮੇਰੇ ਡਾਇਰੈਕਟਰ ਮੈਨੂੰ ਦੱਸੋ ਮੈਂ ਤੁਹਾਡਾ ਸਕ੍ਰਿਪਟ ਲਿਖਿਆ ਤੁਸੀਂ ਮੇਰੇ ਡਾਇਲੋਗਸ ਤੋਂ ਔਰ ਸਕ੍ਰਿਪਟ ਤੋਂ ਮਤਮਨ ਨੂੰ ਕਿ ਬਿਲਕੁਲ ਮਤਮਨ 100% ਮੈਂ ਕਿਹਾ ਠੀਕ ਲੇਕਿਨ ਮੈਂ ਸੋਚਦਾ ਸੀ ਕਿ ਜਿਸ ਵੇਲੇ ਫਿਲਮ ਲੱਗੀ ਕਿ ਪਤਰੀ ਲੁਕੀ ਕੀ ਕਹਿਣ ਕੀ ਨਹੀਂ ਕਹਿਣ ਲੇਕਿਨ ਜਿਸ ਵੇਲੇ ਟ੍ਰੇਲਰ ਚੱਲਿਆ ਸਰ ਤੇ ਫਿਰ ਉਹ ਲੋਕ ਜਿਹੜੇ ਮੈਨ ਮਨਾ ਕਰਦੇ ਸਨ ਉਹਨਾਂ ਦੀ ਜ਼ੁਬਾਨ ਹੀ ਬਦਲ ਗਈ ਜਿਵੇਂ ਫਿਲਮ ਚੱਲੀ ਤੇ ਤਾਰੀਖ ਹੀ ਬਦਲ ਗਈ ਤੁਹਾਡੇ ਸਾਹਮਣੇ ਇਹ ਤੁਸੀਂ ਉਸ ਫਿਲਮ ਇੰਡਸਟਰੀ ਦਾ ਹਿੱਸਾ ਹੋ ਜਿਹੜੀ ਕਿ ਇੱਕ ਵਾਕਈ ਇੱਕ ਬੜੇ ਰੂਜ ਦੇ ਉੱਤੇ ਔਰ ਬੜੀ ਸੁਪਰ ਹਿੱਟ ਫਿਲਮਾਂ ਔਰ ਸਿਲਸਿਲਾ ਰਿਹਾ ਉਸ ਤੋਂ ਬਾਅਦ ਇੱਕ ਜ਼ਵਾਲ ਵੀ ਆਇਆ ਹੁਣ ਤੁਸੀਂ ਇੱਕ ਨਵੀਂ ਜਨਰੇਸ਼ਨ ਦੇ ਨਾਲ ਕੰਮ ਕਰ ਰਹੇ ਹੋ ਕੀ ਫਰਕ ਮਹਿਸੂਸ ਕਰਦੇ ਹੋ ਕਿ ਉਸ ਟੀਮ ਦੇ ਵਿੱਚ ਉਸ ਜਨਰੇਸ਼ਨ ਚ ਅੱਜ ਦੇ ਜਿਹੜੀ ਜਿਸ ਤਰ੍ਹਾਂ ਐਕਸਪੀਰੀਅੰਸ ਹੈ ਲੈਜੈਂਡ ਮੋਲਾ ਜਾਂਦਾ ਦੇਖੋ ਜੀ ਉਹ ਜਿਹੜੀ ਉਸ ਇੰਡਸਟਰੀ ਜਿਹੜਾ ਅਸੀਂ ਕੰਮ ਕੀਤਾ ਹੈ ਉਹਦੇ ਸੰ ਦੋ ਬੈਨੀਫਿਟਸ ਸਨ ਇੱਕ ਬੈਨੀਫਿਟ ਸਾਨੂੰ ਇਹ ਸੀ ਕਿ ਪਬਲਿਕ ਜਿਹੜੀ ਸੀ ਉਹ ਰੈਸ਼ਨਲ ਨਹੀਂ ਸੀ ਮਤਲਬ ਐਜੂਕੇਟਿਡ ਨਹੀਂ ਸੀ 90% ਅਨਪੜ੍ਹ ਲੋਕ ਸਿਰਫ ਵੇਖਦੇ ਸਨ ਸਾਡੀ ਇਹ ਸਾਨੂੰ ਫਾਇਦਾ ਸੀ ਜਦੀ ਵਜ੍ਹਾ ਤੋਂ ਇਹ ਸੀ ਕਿ ਅਸੀਂ ਕੋਈ ਗਲਤੀ ਵੀ ਕਰ ਜਾਂਦੇ ਸਨ ਤੇ ওভারਲਿਪ ਹੋ ਜਾਂਦੀ ਸੀ ਦੂਸਰਾ ਸਾਨੂੰ ਇਹ ਫਾਇਦਾ ਸੀ ਸਰ ਕਿ ਉਸ ਵੇਲੇ ਸਨਮਾ ਓਨਲੀ ਤਫਰੀ ਸੀ ਹੂੰ ਮਤਲਬ ਨਾ ਟੀਵੀ ਦਾ ਦੌਰ ਸੀ ਨਾ ਡਰਾਮੇ ਸਨ ਨਾ ਇਹ ਸੀ ਨਾ ਐਂਕਰ ਤਾਂ ਨ ਕੋਈ ਮੁਖਤਿਰ ਸ਼ੋਅ ਸਨ ਕੁਝ ਵੀ ਨਹੀਂ ਸੀ ਲਿਆਦਾ ਸਾਡੀਆਂ ਪੈੜੀਆਂ ਫਿਲਮਾਂ ਵੀ ਬਹੁਤ ਅਸ਼ੀਆ ਕਰਦੇ ਨੇ ਬਿਜ਼ਨਸ ਤੀਸਰਾ ਬੈਨੀਫਿਟ ਇਹ ਸੀ ਕਿ ਸਾਡੇ 300 ਸਨਮਾ ਸਰਕਟ ਚ ਸੀ ਮੇਨ ਸ਼ਹਿਰਾਂ ਨੂੰ ਛੱਡ ਕੇ 84 ਮੇਲੇ ਸਨ ਫਿਲਮ ਅਗਰ ਕਿਸੇ ਦੀ ਨਰਮ ਵੀ ਜਾਂਦੀ ਸੀ ਨਾ ਉਹਦੇ ਪੈਸੇ ਸਾਲ ਦੇ ਵਿੱਚ ਉਹ ਸਰਕਟ ਚ ਪੂਰੇ ਹੋ ਜਾਂਦੇ ਸਨ ਬਿਲਕੁਲ ਹੁਣ ਉਹ ਦੌਰ ਨਹੀਂ ਹੁਣ ਉਹ 350 ਸਨਵੇਂ ਹੁਣ ਇਸ ਵੇਲੇ ਪਾਕਿਸਤਾਨ ਦੇ ਵਿੱਚ ਟੋਟਲ 133 ਸਕਰੀਨਾਂ ਨੇ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਕਿ ਅੱਜ ਦਾ ਵੀਰ ਜਿਹੜਾ ਐਜੂਕੇਟ ਹੋ ਗਿਆ ਹੁਣ ਰੈਸ਼ਨਲ ਹੋ ਗਿਆ ਮੌਲਜਾਟ ਦੇ ਵਿੱਚ ਤੁਸੀਂ ਦੇਖੋ ਕਿ ਕਿਸੇ ਨੇ ਸੀ ਕਿ ਸੁਲਤਾਨ ਹੈ ਜਾਂ ਦਰਵਾਜ਼ਾ ਹੈ ਪਿਛੋਂ 10 ਬੰਦੇ ਰੈਫਲਾਂ ਦੀਆਂ ਗੋਲੀਆਂ ਮਾਰ ਰਹੇ ਨੇ ਉਧਰ ਮੁਸਫਾ ਖੁਸ਼ੀ ਆ ਰਹੇ 10 ਬੰਦੇ ਰੈਫਲਾਂ ਗੋਲੀਆਂ ਮਾਰ ਰਹੇ ਦੋਵੇਂ ਗੋਲੀਆਂ ਖਾਂਦੇ ਖਾਂਦੇ ਮਿਲੇ ਨੇ ਕੁਝ ਵੀ ਨਹੀਂ ਹੋਇਆ ਡਾਇਲੌਗ ਵੀ ਬੋਲਣ ਮੱਥੇ ਤੇ ਪਸੀਨਾ ਤੱਕ ਨਹੀਂ ਆ ਹੂੰ ਇਹ ਪਬਲਿਕ ਨਹੀਂ ਮੰਨਦੀ ਕਿ ਵੀ ਹੁਣ ਇੱਕ ਗੋਲੀ ਜਿਹੜੀ ਕਾਫੀ ਸੁਲਤਾਨ ਰਾਜ ਇੱਕ ਕਾਰਬੀਨ ਦੀ ਗੋਲੀ ਲੱਗੀ ਬਿਚਾਰਾ ਚਲਾ ਗਿਆ ਤੇ ਗੱਲ ਇਹ ਵੀ ਕਿ ਹੁਣ ਲੋਕ ਰੈਸ਼ਨਲ ਨੇ ਹੁਣ ਹਰ ਗੱਲ ਦੀ ਬਜੇ ਲਿਖਣ ਲੱਗੇ ਆ ਜਾਂ ਇਵਨ ਡਾਇਲੌਗ ਲਿਖਣ ਲੱਗੇ ਵੀ ਇਹ ਸੋਚਣਾ ਪੈਂਦਾ ਹੈ ਕਿ ਜੋ ਇਹ ਕਰੈਕਟਰ ਹੈ ਕਿ ਇਹ ਡਾਇਲੌਗ ਇਹਨੂੰ ਸੂਟ ਵੀ ਕਰਦਾ ਜਾਂ ਨਹੀਂ ਲਿਆਦਾ ਇੱਕ ਤੋਂ ਰੈਸ਼ਨਲਿਜ਼ਮ ਆ ਗਿਆ ਇੱਕ ਇਹ ਵੇ ਕਿ ਜਿਹੜਾ ਪਤਾ ਲੱਗ ਗਿਆ ਕਿ ਯਾਰ ਜਿਹੜਾ ਵੀ ਹੋਰੇ ਚੂਜ਼ੀ ਉਹਦੇ ਹੱਥੇ 'ਚ ਰਿਮੋਟ ਹੈ ਅੰਜ ਫੇਰ ਦੇਗਾ ਲਾਜ਼ਮੈਂ ਬਹੁਤ ਕੁਛ ਸਿੱਖਿਆ ਸੱਚ ਵਿੱਚ ਲਾਲੇ ਸ਼ਾਹਰੀ ਕੋਲ ਨਵੇਂ ਟ੍ਰੇਡ ਚਾਕੇ ਲੇਖਨ ਜਿਹੜਾ ਮੇਜਰ ਡਿਫਰੈਂਸ ਹੈ ਉਸ ਪੁਰਾਣੇ ਦੌਰ ਦੇ ਉਹ ਜਾਲ ਅਰ ਉਸ ਦੌਰ ਦੇ ਵਿੱਚ ਉਹ ਇਹ ਵੇਖ ਰਿਹਾ ਕਿ ਇੱਥੇ ਨਵੀਂ ਇੰਡਸਟਰੀ ਨੇ ਔਰ ਨਵੇਂ ਮੁੰਡਿਆਂ ਨੇ ਨਵੇਂ ਪੈਟਰੋਸਰਾਂ ਨੇ ਹਰ ਆਦਮੀ ਨੂੰ ਉਹਦੀ ਹਸਿਆਤ ਔਰ ਦੇ ਔਕਾਤ ਦੇ ਮੁਤਾਬਕ ਪੈਸੇ ਦਿੱਤੇ ਵੈਰੀ ਨਾਈਸ ਜਿਸ ਦੀ ਵਜ੍ਹਾ ਤੋਂ ਹਰ ਟੈਕਨੀਸ਼ੀਅਨ ਵੀ ਖੁਸ਼ ਹੈ ਔਰ ਖੁਸ਼हाल ਹੈ ਹਮ ਹਮ ਕੰਮ ਵੀ ਸ਼ੌਕ ਨਾਲ ਕਰਦਾ ਹੈ ਔਰ ਉਹਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਆਉਂਦਾ ਹੈ ਬਿਲਕੁਲ ਸਹੀ ਤੇ ਮੈਂ ਸਮਝਦਾ ਕਿ ਜਿਹੜੇ ਮੁਫਤ ਪਰ ਪੜੋ ਸੁਣੇਗੇ ਸਨ ਕਿਉਂਕਿ ਸਾਡੇ ਦੌਰ ਚ ਸਰ ਇਸ਼ਤਿਹਾਰ ਦੇ ਉੱਤੇ ਫਿਲਮ ਬਣ ਜਾਂਦੀ ਸੀ ਹਮ ਹਮ ਬੰਦੇ ਕੋਲ ਕੋਈ ਪੈਸੇ ਨਹੀਂ ਉਹਨੂੰ ਇਸ਼ਤਿਹਾਰ ਦਿੱਤਾ 300 ਰੁਪਏ ਦਾ ਤੇ ਉਹਨੂੰ ਗੁਜਰਾ ਨਾਲ ਲੱਖ ਰੁਪਏ ਆ ਗਿਆ ਉਹਨੂੰ ਸਿਆਲਕੋਟੋਂ 50000 ਰੁਪਏ ਆ ਗਿਆ ਉਹਨੂੰ ਫੈਸਲਬਾਦ ਚੋਂ ਪੈਸੇ ਆ ਗਏ ਕਰਾਚੀ ਵੀ ਗਿਆ ਤੋਂ ਉਹਨਾਂ ਨਾਲ ਅਗੋ ਉਧਾਰ ਹੁੰਦਾ ਸੀ ਐਕਟਰ ਵੀ ਉਧਾਰ ਕਰ ਲੈਣ ਸਰ ਟੈਕਨੀਸ਼ੀਅਨ ਵੀ ਪਈ 7000 ਰੁਪਏ ਨਾਲ ਸ਼ੂਟਿੰਗ ਹੋ ਜਾਂਦੀ ਸੀ ਹੁਣ 1.5 ਤੋਂ ਲੈ ਕੇ 3 ਲੱਖ ਰੁਪਏ ਇੱਕ ਦਿਨ ਦੀ ਸ਼ੂਟਿੰਗ ਦਾ ਚਾਹੀਦਾ ਤੇ ਹੁਣ ਸਰ ਉਹ ਜਿਹੜੇ ਪ੍ਰੋਡੂਸਰ ਨੇ ਨਾ ਉਹਨਾਂ ਦੀ ਕੋਈ ਜਗ੍ਹਾ ਨਹੀਂ ਰਹੀ ਇਸ ਅੰਦਾਜ਼ੇ ਜਿਹੜਾ ਮੌਲਾ ਜੱਟ ਨੇ ਮੈਂ ਆਪਣੇ ਜਦੋਂ ਜੀ ਉਹਨਾਂ ਇੰਟਰਵਿਊ ਦੇਣ ਗਿਆ ਤਾਂ ਉੱਥੇ ਮੈਂ ਗੱਲ ਕੀਤੀ ਸੀ ਕਿ ਪਹਿਲੇ ਸਨਮੇ ਵਾਲੇ ਕਹਿੰਦੇ ਸਨ ਕਿ ਯਾਰ ਕੋਈ ਫਿਲਮ ਤੋਂ ਹੋ ਆਮ ਸੋਚੇ ਕਿ ਇਸਕੋ ਲਗਾਏ ਮੈਂ ਕਿ ਇਸ ਫਿਲਮ ਤੋਂ ਬਾਅਦ ਸਨਮਾ ਸੋਚੇਗਾ ਕਿ ਹੁਣ ਅਸੀਂ ਕੀ ਕਰੀਏ ਹੁਣ ਅਸੀਂ ਕੀ ਔਰ ਉਹ ਵਕਤ ਆ ਗਿਆ ਸਰ ਔਰ 50 ਲੱਖਾਂ ਵਾਲੇ 70 ਲੱਖਾਂ ਵਾਲੇ ਜਿਹੜੇ ਫਿਲਮ ਬਣਾਉਣ ਵਾਲੇ ਪ੍ਰੋਡੂਸਰ ਨੇ ਸਰ ਖاموش ਨੇ ਦੰਬਾ ਖੁਦ ਨੇ ਹਮ ਕਿਸੀਂ ਕੀ ਕਰਾਂਗੇ ਕਿਸ ਤਰ੍ਹਾਂ ਚਲਾਵਾਂਗੇ ਹੁਣ ਸਰ ਉਹੀ ਪ੍ਰੋਡੂਸਰ ਫਿਲਮ ਬਣਾਏਗਾ ਜਿਹੜਾ ਘਰੋਂ ਪੈਸੇ ਲੈ ਕੇ ਆਇਆ ਗਿਆ ਜਿੰਨੂੰ ਫਿਲਮ ਬਣਾਉਣ ਦਾ ਸ਼ੌਕ ਆਇਆ ਜਾਂ ਕਮਿਟਮੈਂਟ ਹੋਏਗਾ ਉਹਨੂੰ ਪੈਸ਼ਨ ਹੋਏਗਾ ਉਹ ਦਿਹਾੜੀ ਵਾਲੇ ਜਿਹੜਾ ਕੰਮ ਹੈ ਉਹ ਖਤਮ ਉਹ ਖਤਮ ਐਸ ਟਾਈਮ ਤੁਹਾਡੇ ਪਾਕਿਸਤਾਨ ਦੀ ਜਿਹੜੀ ਇੱਕ ਫਿਲਮ ਇੰਡਸਟਰੀ ਹੈ ਜਾਂ ਟੀਵੀ ਇੰਡਸਟਰੀ ਹੈ ਜਾਂ تھیਟਰ ਇੰਡਸਟਰੀ ਹੈ ਇਹਦੇ ਅਗਰ ਬਾਹਰ ਦੀਆਂ ਕੰਟਰੀਆਂ 'ਚ ਕੋਈ ਫੇਮ ਐਕਟਰ ਨੇ ਤੇ ਉਹ ਸਿਰਫ ਸਟੇਜ ਦੇ ਐਕਟਰ ਨੇ ਮੈਂ ਜਿਹੜੀ ਫਿਲਮ ਸ਼ੁਰੂ ਕਰ ਰਿਹਾ ਆਪਣੀ ਠੀਕ ਹੈ ਨਾ ਮੈਂ بڑے ਪ੍ਰੋਡਿਊਸਰਾਂ ਨੂੰ ਕਹਾਣੀ ਸੁਣਾਈ ਹੈ ਤੇ ਜਦੋਂ ਮੈਂ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਨਾ ਕਿ ਹੀਰੋਇਨਾਂ ਦੇ ਪੂਰੀ ਫਿਲਮ ਚ ਸਲਵਾਰਾਂ ਕਮੀਜ਼ਾਂ ਤੇ ਦੁਪੱਟੇ ਨੇ ਹਮ ਇੰਜ ਦੁਪੱਟੇ ਉਹਨਾਂ ਨੇ ਲਏ ਨੇ ਤੇ ਜਦੋਂ ਕੋਈ ਪਿਓ ਜਾਂ ਭਰਾ ਆ ਰਿਹਾ ਤੇ ਉਹ ਇੰਜ ਦੁਪੱਟਾ ਲੈ ਕੇ ਕਹਿੰਦੀ ਸਲਾਮ ਅੱਬਾ ਹਮ ਤੇ 8-10 ਪ੍ਰੋਡਿਊਸਰਾਂ ਨੇ ਕਿਹਾ ਅੱਛਾ ਚਲੋ ਦੱਸਨੇ ਆ ਤਾਂ ਇੱਕ ਬੰਦੇ ਨੇ 2 ਘੰਟੇ ਪੂਰੀ ਕਹਾਣੀ ਸੁਣ ਕੇ ਤੇ ਕਹਿੰਦਾ ਇੱਕ ਵਿੱਚ ਕਿਤੇ ਨਰਗਿਸ ਦਾ ਆਈਟਮ Song ਪਾ ਲਉਣਾ ਤੁਸੀਂ ਇਹਦੇ ਵਿੱਚ ਠੀਕ ਹੈ ਮੈਂ ਅੰਜ ਕਰਕੇ ਸਕਰੀਨ ਤੇ ਚੁੱਕਿਆ ਮੈਂ ਕਿ ਤੂੰ ਆਈਟਮ Song ਉਹਨੇ ਤੇ ਮੈਂ ਤੇ ਚੱਲਾਂ ਫਿਰ ਘਰ ਵਾਪਸ ਚੱਲ ਮੇਰਾ ਪੁੱਤ 1 2 ਦੋ ਸਾਲ ਹੋ ਗਏ ਨੇ ਹਰ ਚੌਕ ਹਰ ਗਲੀ ਹਰ ਮਹੱਲੇ ਦੇ ਵਿੱਚ ਲੋਕ ਸਾਨੂੰ ਪੁੱਛ ਰਹੇ ਨੇ ਕਿ ਉਹਦਾ ਪ੍ਰਿੰਟ ਨਹੀਂ ਸਹੀ ਆ ਰਿਹਾ ਉਹਦਾ ਪ੍ਰਿੰਟ ਨਹੀਂ ਸਹੀ ਆ ਰਿਹਾ ਉਹਦਾ ਅੱਗੋ ਉਹ YouTube ਤੇ ਨਹੀਂ ਗਈ ਉਹ ਫਿਲਮ ਹੈ ਕੀ ਆ ਯਾਰ ਮੁੱਲ ਕੇ ਕਿ ਦੋ ਸਾਲ ਤੋਂ ਇੱਥੇ ਪ੍ਰੋਜੈਕਟ ਹੀ ਕੋਈ ਨਹੀਂ ਕਿਸੇ ਨੇ ਸ਼ੁਰੂ ਕੀਤਾ ਕਿ ਉਹ ਉਸ ਤੋਂ ਪਹਿਲੇ ਇੱਥੇ ਬਣਾ ਲਈਏ ਅਸੀਂ ਮਸਤਕਬਲ ਦੇ ਵਿੱਚ ਆਪਣੇ ਬੱਚਿਆਂ ਜੋਗੇ ਜਾਂ ਆਪਣੇ ਬੱਚਿਆਂ ਦੇ ਬੱਚਿਆਂ ਜੋਗੇ ਕੁਝ ਨਹੀਂ ਛੱਡ ਕੇ ਜਾਏ ਹੂੰ ਕੁਝ ਨਹੀਂ ਛੱਡ ਕੇ ਜਾ ਰਹੇ